बटाला च निहंग सिंघा विचाले होए आपसी टकराव च जख्मी होए निहंग बाबा नरेंद्र सिंह दी इलाज दौरान मौत हो गई है। निहंग सिंघा दे के धड़े ने बाबा नरेंद्र सिंह नू तेजधार हथियारां नाल जख्मी कर दिता सी। इस मामले च पुलिस थाना सिटी दे थाना प्रभारी सुख इंदर सिंह ने कहा कि मृतक दे परिवार वालियां दे बयाना दे आधार ते मामला दर्ज करके कार्रवाई की जाएगी। ਉਹਦੀ ਤਾਜ਼ਾ ਅਪਡੇਟ ਇਹ ਆ ਵੀ ਉਹ ਕਿਤੇ ਇੱਧਰ ਨੂੰ ਜਾ ਰਿਹਾ ਸੀ ਅਤੇ ਉਹ ਰਵਿੰਦਰ ਸਿੰਘ ਬੱਚਿਆਂ ਵਾਲੇ ਹੋਸਪਿਟਲ ਲੱਗ ਗਏ। ਉਹਦੇ ਕੋਈ ਪੁਰਾਣੇ ਹੋਣਗੇ ਉਹਦੇ ਲੱਗ ਡਾਟ ਵਾਲੇ ਬੰਦੇ, ਉਹਨਾਂ ਨੇ ਉਹਨੂੰ ਕੁੱਟਿਆ। ਉਸ ਤੋਂ ਬਾਅਦ ਉਹਨੂੰ ਸਿਵਲ ਹੋਸਪਿਟਲ ਲੈ ਕੇ ਉੱਥੋਂ ਰੈਫਰ ਕੀਤਾ, ਪਰ ਉਹ ਰੈਫਰ ਹੋਏ ਨਹੀਂ ਅੱਗੇ। ਉੱਥੇ ਫਿਰ ਉਹ ਜ਼ਿਆਦਾ ਸੱਟ ਹੋਣ ਕਰਕੇ ਉਹਦੀ ਡੈਥ ਹੋ ਗਈ। ਉਹਦੀ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ, ਕਿਉਂਕਿ ਮੈਂ ਤਾਂ ਰੀਸੈਂਟਲੀ ਹੁਣੇ ਪੋਸਟਿੰਗ ਹੋਈ ਹੈ ਮੇਰੀ, ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ। ਜਿਹੜੇ ਗੁਰਦੁਆਰਾ ਸਾਹਿਬ 'ਚ ਅੰਦਰ ਜਾ ਕੇ, ਕਿਉਂਕਿ ਉੱਥੇ ਕਹਿੰਦੇ ਚੱਕੀਆਂ ਲੱਗੀਆਂ ਨੇ ਭੰਗ ਘੁੱਟੀਆਂ। ਕੋਈ ਗੱਲ ਨਹੀਂ, ਬਿਲਕੁਲ ਅਸੀਂ ਚੈੱਕ ਕਰਾਂਗੇ। ਜੇ ਉਹ ਗਲਤ ਆ, ਜੇ ਭੰਗ ਆ, ਨਸ਼ਾ ਉੱਥੇ ਘੋਟ ਘੋਟ ਵੇਚਦੇ ਆ, ਤਾਂ ਉਹਨਾਂ ਦੇ ਖਿਲਾਫ਼ ਕਾਰਵਾਈ ਹੋਊਗੀ, ਉਹ ਤਾਂ ਬਣਦੀ ਕਾਰਵਾਈ ਕਰਾਂਗੇ, ਬਿਲਕੁਲ ਕਰਾਂਗੇ। ਉੱਥੇ ਹੀ ਮ੍ਰਿਤਕ ਦੇ ਪਰਿਵਾਰ ਵੱਲੋਂ ਆਰੋਪ ਸੀ ਕਿ ਭੰਗ ਦੇ ਨਸ਼ੇ ਕਰਨ ਅਤੇ ਵੇਚਣ ਤੋਂ ਰੋਕਣ ਕਾਰਨ ਬਾਬਾ ਨਰਿੰਦਰ ਸਿੰਘ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਹੋਇਆ। ਗੁਰਪ੍ਰੀਤ ਸਿੰਘ ਦੀ ਰਿਪੋਰਟ, ਦਰਸ਼ਨ ਟੀਵੀ।